ਭਾਈ ਡੱਲਾ ਜੀ ਇੱਕ ਦਿਨ ਸਤਿਗੁਰ ਦੇ ਕੋਲ ਆਏ ਅਤੇ ਆ ਸੁਣਿਆ ਹੁੰਦਾ ਤੁਸੀਂ ਅੱਗੇ ਕਈ ਵਾਰ ਕਿ ਜਿੰਨੀ ਦੇਰ ਇਹ ਗੁਰਮੁਖ ਪਿਆਰੇ ਸਾਜ਼ ਸੈੱਟ ਕਰਦੇ ਪਏ ਨੇ ਆਪਣੇ ਦੋ ਚਾਰ ਮਿੰਟ ਦਾਸ ਦਾ ਵੀ ਮਨ ਹੈ ਕਿ ਦਰਸ਼ਨ ਕਰਨ ਲੱਗੇ ਆਪ ਜੀ ਦੇ। ਭਾਈ ਡੱਲਾ ਜੀ ਸਤਿਗੁਰ ਜੀ ਦੇ ਕੋਲ ਆਏ, ਆ ਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ, ਸਤਿਗੁਰ ਜੀ ਕਿਰਪਾ ਕਰੋ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ। ਹਾਂ ਡੱਲਿਆ ਦੱਸ। ਸਤਿਗੁਰੂ ਮੇਰੇ ਗਰੀਬ ਦੀ ਇੱਕ ਬੇਨਤੀ ਹੈ, ਕਿਰਪਾ ਕਰਿਓ ਮੈਨੂੰ ਮਰਨ ਤੋਂ ਬਾਅਦ ਦਰਗਾਹ ਵਿੱਚ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ। ਧਿਆਨ ਦਿਓ ਸਤਸੰਗੀਓ, ਸਤਿਗੁਰੂ ਮਰਨ ਤੋਂ ਬਾਅਦ ਮੈਨੂੰ ਦਰਗਾਹ ਦੇ ਵਿੱਚ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ। ਸਤਿਗੁਰੂ ਚੁੱਪ। ਫਿਰ ਆਖਣ ਲੱਗਾ, ਸਤਿਗੁਰੂ ਤੁਸੀਂ ਜਵਾਬ ਨਹੀਂ ਦਿੱਤਾ, ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕੀਤੀ ਹੈ। ਡੱਲਿਆ ਬੋਲ ਕੀ ਕਹਿੰਦਾ, ਸਤਿਗੁਰੂ ਦਰਗਾਹ 'ਚ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ। ਸਤਿਗੁਰੂ ਜੀ ਆਖਣ ਲੱਗੇ, ਡੱਲਿਆ ਪੀੜ੍ਹੀ ਕਹਿੰਦਾ ਤੈਨੂੰ ਤਾਂ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲਣੀ, ਤੈਨੂੰ ਸੂਈ ਜਿੰਨੀ ਜਗ੍ਹਾ ਵੀ ਨਹੀਂ ਦਰਗਾਹ ਦੇ ਵਿੱਚ ਮਿਲਣੀ। ਸਤਿਗੁਰੂ ਐਡੀਆਂ ਐਡੀਆਂ ਵੱਡੀਆਂ ਮੇਰੀਆਂ ਸੇਵਾਵਾਂ ਅਤੇ ਮੈਨੂੰ ਸੂਈ ਜਿੰਨੀ ਜਗ੍ਹਾ ਨਾ ਮਿਲੇ। ਸਤਿਗੁਰੂ ਕਹਿੰਦੇ, ਇਹ ਗੁਰੂ ਘਰ ਦੀ ਮਰਿਆਦਾ ਹੈ, ਤੂੰ ਅਜੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਗੁਰੂ ਵਾਲਾ ਬਣ। ਇਹ ਚਲਾਕ ਸੀ, ਬਹੁਤ ਦਿਮਾਗੀ ਸੀ ਭਾਈ ਡੱਲਾ। ਕਹਿੰਦਾ, ਸਤਿਗੁਰੂ ਮੈਂ ਅੰਮ੍ਰਿਤ ਰੋਜ਼ ਛਕਦਾ। ਵੇਖੋ ਜਵਾਬ ਦਿੱਤਾ, ਸਤਿਗੁਰੂ ਮੈਂ ਤਾਂ ਅੰਮ੍ਰਿਤ ਰੋਜ਼ ਛਕਦਾ। ਕਹਿੰਦੇ, ਉਹ ਕਿਹੜਾ ਅੰਮ੍ਰਿਤ ਰੋਜ਼ ਛਕਦਾ, ਇਹ ਤਾਂ ਇੱਕੋ ਵਾਰੀ ਛਕਣਾ ਪੈਂਦਾ, ਤੂੰ ਕਿਹੜਾ ਅੰਮ੍ਰਿਤ ਰੋਜ਼ ਛਕਦਾ। ਕਹਿੰਦਾ, ਸਤਿਗੁਰੂ ਜੋ ਤੁਹਾਡਾ ਸੀਤ ਪ੍ਰਸ਼ਾਦ ਵੱਜ ਜਾਂਦਾ ਨਾ, ਉਹ ਮੈਂ ਰੋਜ਼ਾਨਾ ਛਕਦਾ। ਅਤੇ ਸਤਿਗੁਰੂ ਕਹਿੰਦੇ, ਨਹੀਂ ਡੱਲਿਆ, ਉਹ ਛੱਕ ਭਾਵੇਂ ਨਾ ਛੱਕ, ਉਹ ਤੇਰੀ ਭਾਵਨਾ ਹੈ, ਪਰ ਗੁਰੂ ਘਰ ਦੀ ਇੱਕ ਮਰਿਆਦਾ ਹੈ, ਕਿਹੜੀ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ, ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ। ਅਤੇ ਗੁਰਮੁਖੋ ਫਿਰ ਹਿਰਦੇ 'ਤੇ ਗੱਲ ਵਜੀ, ਸਤਿਗੁਰੂ ਮੈਨੂੰ ਵੀ ਹਾਂ ਛਕਣਾ ਪੈਣਾ। ਕਹਿੰਦਾ, ਗਿਆ ਆਪਣੇ ਅਨੇਕਾਂ ਸਾਥੀਆਂ ਸਮੇਤ, ਇਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਆਇਆ ਅਤੇ ਆ ਕੇ ਸਤਿਗੁਰ ਦੇ ਚਰਨਾਂ 'ਚ, ਸਾਰੇ ਜਿੰਨੇ ਵੀ ਸਾਥੀ ਹੋਰ ਸੰਗੀ ਆ ਦੇ ਦੋਵੇਂ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਬੋਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਤੁਹਾਡੇ ਹੁਕਮ ਮੁਤਾਬਕ ਖੰਡੇ ਬਾਟੇ ਦੀ ਪਾਉ ਲੈ ਲਈ, ਹਾਂ ਅੰਮ੍ਰਿਤ ਛੱਕ ਲਿਆ, ਕਿਰਪਾ ਕਰੋ ਹੁਣ ਪੀੜ੍ਹੀ ਜਿੰਨੀ ਜਗ੍ਹਾ ਮਿਲ ਜਾਏਗੀ। ਮੇਰੇ ਸਤਿਗੁਰੂ ਆ ਗਏ ਮੇਰੇ ਦੇ ਘਰ ਵਿੱਚ ਕਲਗੀਆਂ ਵਾਲੇ ਬਾਜਾਂ ਵਾਲੇ। ਕਹਿੰਦੇ, ਉਹ ਡੱਲਿਆ ਉਹ ਪੀੜ੍ਹੀ ਕੀ ਹੋਈ, ਹੁਣ ਭਾਵੇਂ ਦਰਗਾਹ 'ਚ ਪਲੰਘ ਡਾਲੀ। ਗੱਜ ਕੇ ਆਖੋ ਸਤਨਾਮ, ਦਰਗਾਹ 'ਚ ਪਲੰਘ ਡਾਲੀ, ਕਿਉਂ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਕਈ ਲੋਕ ਕਹਿੰਦੇ ਨੇ, ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਦੀ ਕੀ ਗੱਲ ਹੈ। ਬਾਬਾ ਈਸ਼ਰ ਸਿੰਘ ਕਿਹਾ ਕਰਦੇ, ਕਹਿੰਦੇ ਉਹ ਕਲਗੀਆਂ ਵਾਲੇ ਦਾ ਮਨ ਮਹਿਲਾ ਸੀ, ਉਹਨਾਂ ਵੀ ਆਪ ਅੰਮ੍ਰਿਤ ਛਕਿਆ। ਇਹ ਗੁਰੂ ਘਰ ਦੀ ਮਰਿਆਦਾ ਹੈ, ਗੁਰਮੁਖੋ ਪੀਵੋ ਪੌਲ ਖੰਡੇ ਤਰ ਹੋਏ ਜਨਮ ਸੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ।